ਸੰਘਾਜੀ ਤੁਸੀਂ ਦੇਖ ਰਹੇ ਹੋ ਆਕਾਲ ਚੈਨਲ ਸੋ ਸਿਕਲੀਗਰ ਸਿੱਖ ਸਿੱਖਾਂ ਦਾ ਜੋ ਇੱਕ ਕੇਸ ਸਾਹਮਣੇ ਆਇਆ ਸੀਗਾ ਪ੍ਰਵਨੀ ਇਲਾਕੇ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜੋ ਕੁੱਟਮਾਰ ਹੋਈ ਸੀਗੀ ਮਾਮਲਾ ਦਰਜ ਹੋ ਗਿਆ ਸੀਗਾ ਐਫ ਆਈ ਆਰ ਹੋ ਗਈ ਸੀਗੀ ਔਰ ਉਸ ਨੌਜਵਾਨ ਨੂੰ ਵੀ ਜਿਹੜਾ ਹੈਗਾ ਇਲਾਜ ਵੀ ਮਿਲਣਾ ਅੱਛਾ ਸ਼ੁਰੂ ਹੋ ਗਿਆ ਪਰਿਵਾਰ ਨੇ ਕਿਹਾ ਕਿ ਹਜੂਰ ਸਾਹਿਬ ਬੋਰਡ ਵੱਲੋਂ ਉਹਨਾਂ ਦੇ ਇਲਾਜ ਰਹਿਣਾ ਦੇਚ ਕਰਾਇਆ ਜਾ ਰਿਹਾ ਹੈਗਾ ਔਰ ਇੱਕ ਟੀਮ ਉਹਨਾਂ ਵੱਲੋਂ ਭੇਜੀ ਗਈ ਸੀ ਇਸ ਮਾਮਲੇ 'ਚ ਅਸੀਂ ਗੱਲਬਾਤ ਕਰਾਂਗੇ ਡਾਕਟਰ ਪਰਵਿੰਦਰ ਸਿੰਘ ਪਸਰੇਚਾ ਸਾਡੇ ਨਾਲ ਮੌਜੂਦ ਹੈ ਜਿਹੜੇ ਕਿ ਐਡਮਿਨਿਸਟਰेटर ਨੇ ਹਜੂਰ ਸਾਹਿਬ ਬੋਰਡ ਦੇ ਆ ਉਹਨਾਂ ਦੇ ਨਾਲ ਜੁੜਦੇ ਹਾਂ ਗੁਰਸਤੇ ਦੀ ਸਾਂਝ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਸਵਾਗਤ ਕਰਦੇ ਹਾਂ ਆਕਾਲ ਚੈਨਲ ਤੇ ਸੋ ਮੈਂ ਜਾਨਣਾ ਚਾਹਾਂਗਾ ਕਿ ਜਿਸ ਤਰੀਕੇ ਐ ਇੱਕ ਸਾਰੀ ਘਟਨਾ ਹੋਈ ਹੈ ਕਿਦਾਂ ਤੁਸੀਂ ਦੇਖਦੇ ਹੋ ਹੈ ਜਿਹੜਾ ਸਾਰਾ ਇਸ਼ੂ ਹੋਇਆ ਸੀਗਾ ਇੱਕ ਨੌਜਵਾਨ ਦੇ ਜਿਸ ਦੇ ਵਿੱਚ ਮੌਤ ਵੀ ਹੋ ਗਈ ਹੈ ਇਸੇ ਬੜੇ ਅਫਸੋਸ ਦੀ ਘਟਨਾ ਹੈਗੀ ਹੈ ਅਨਫੋਰਚਨਟਲੀ ਜਦੋਂ ਬ੍ਰਿਟਿਸ਼ ਟਾਈਮ ਹੁੰਦਾ ਸੀ ਅੰਗਰੇਜ਼ਾਂ ਦੇ ਟਾਈਮ ਤੇ ਕੁਝ ਕਮਿਊਨਿਟੀ ਜਿਸ ਤਰ੍ਹਾਂ ਸੀ ਵੰਜਾਰਾ ਸਿਕਲੀਦਾਰ ਮੀਨਾ ਵੇਰ ਕਾਟਕਰੀ ਉਹਨਾਂ ਨੂੰ ਕ੍ਰਿਮੀਨਲ ਟ੍ਰਾਈਬ ਸਮਝਾਇਆ ਜਾਂਦਾ ਸੀ ਹੁਣ ਟਾਈਮ ਦੇ ਨਾਲ ਸਾਰੀਆਂ ਚੀਜ਼ਾਂ ਚੇਂਜ ਹੋ ਗਈਆਂ ਪੜ ਪੜਦੇ ਗਏ ਲੋਕੀ ਅੱਗੇ ਵਧਦੇ ਗਏ ਅੱਛੇ-ਅੱਛੇ ਪੋਸਟਾਂ ਤੇ ਆਂਦੇ ਰਹੇ ਹਰ ਜਗ੍ਹਾ ਤੇ ਜਾਂਦੇ ਰਹੇ ਅਨਫਰਚਨਟਲੀ ਵਿਚਾਰ ਜਿਹੜੇ ਸਿਕਲੀਦਾਰ ਹੈ ਉਹਨਾਂ ਦੇ ਉਹਨਾਂ ਵਿਕਾਸ ਨਹੀਂ ਹੋ ਸਕੇ ਜਿੰਨਾ ਹੋਣਾ ਚਾਹੀਦਾ ਸੀ ਉਹਦੀ ਤੁਸੀਂ ਸਾਰੀ ਜ਼ਿੰਮੇਦਾਰ ਆ ਕਿਉਂਕਿ ਅਸੀਂ ਉਹਨਾਂ ਨੂੰ ਉਹਨਾਂ ਪਿਆਰ ਨਹੀਂ ਦਿੱਤਾ ਉਹਨਾਂ ਨੂੰ ਭਾਰ ਗੁਰਬਤ ਤੋਂ ਗਰੀਬੀ ਤੋਂ ਕੱਢਣ ਲਈ ਅਸੀਂ ਉਹਨਾਂ ਦੀ ਮਦਦ ਨਹੀਂ ਕੀਤੀ ਹੁਣ ਅਸੀਂ ਪਿਛਲੇ ਮੈਂ ਪਿਛਲੇ ਸਾਲ ਜਦੋਂ ਮੈਂ ਚਾਰਜ ਲੇਤਾ ਹੈਗਾ ਮੈਂ ਹੁਣ ਕਾਫੀ ਸਾਰੀ ਪੜ੍ਹਾਈ ਲਈ ਉਹਨਾਂ ਲਈ ਫਾਈਨੈਂਸ਼ੀਅਲ ਸਿਸਟਮ ਸ਼ੁਰੂ ਕੀਤੀ ਹੈਗੀ ਏ ਤਾਂ ਕਿ ਜਿਹੜੀ ਚੀਜ਼ ਸਿੱਖਾਂ ਲਈ ਲਾਗੂ ਹੋ ਰਹੀ ਏ ਜਿਹੜੇ ਬੈਨੀਫਿਟ ਉਹਨਾਂ ਨੂੰ ਦੇ ਰਿਆ ਪੂਰੇ ਤੇ ਪੂਰੇ ਵਿਦਆਊਟ ਐਨੀ ਚੇਂਜ ਉਹ ਅਸੀਂ ਬੈਨੀਫਿਟ ਉਹਨਾਂ ਵੰਜਾਰੇ ਤੇ ਸਿਕਲੀਦਰ ਸਿੱਖਾਂ ਨੂੰ ਵੀ ਦੇ ਰਹੇ ਹੈਗੇ ਆ ਤੇ ਅਸੀਂ ਟਰਾਈ ਕਰ ਰਹੇ ਆ ਕਿ ਉਹਨਾਂ ਨੂੰ ਅਸੀਂ ਗੁਰਬਤ ਤੋਂ ਕਢੀਏ ਇਹ ਇੱਕ ਗਾਂਵ ਹੈਗਾ ਪਰਬੜੀ ਜ਼ਿਲ੍ਹਾ ਹੈਗਾ ਇੱਕ ਪਿੰਡ ਹੈਗਾ ਕੋਈ 25000 ਪਾਪੂਲੇਸ਼ਨ ਦਾ ਜਿੱਥੇ ਮੁ슬ਿਮ ਆਬਾਦੀ ਵੀ ਕਾਫੀ ਹੈਗੀ ਹੈ ਤੇ ਉੱਥੇ ਇਹ ਤਿੰਨ ਬੱਚੇ ਨੇ 15 16 ਸਾਲ ਦੀ ਇਸ ਉਮਰ ਦੇ ਇਹਨਾਂ ਨੂੰ ਉਹਨਾਂ ਤੇ ਸਸਪੀਸ਼ੀਅਸ ਸੀ ਇਹਨਾਂ ਨੂੰ ਇਹਨਾਂ ਨੂੰ ਸ਼ੱਕ ਪਿਆ ਕਿ ਇਹ ਨਾ ਬੱਕਰੀਆਂ ਚੋਰੀ ਕਰਦੇ ਹੈਗੇ ਹੈ ਤੇ 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 ਆਪਣੇ ਇਸ ਲਈ ਉਹਨਾਂ ਦੇ ਉਹ ਮੋਟਰਸਾਈਕਲ ਤੇ ਜਾ ਰਹੇ ਸੀ ਉਹਨਾਂ ਉੱਤੇ ਉਹਨਾਂ ਨੇ ਪੱਥਰ ਮਾਰਿਆ ਇੱਕ ਬੰਦੇ ਨੂੰ ਲੱਗਾ ਤੇ ਉਹ ਮੋਟਰਸਾਈਕਲ ਤੋਂ ਗਿਰ ਗਏ ਉਹਨਾਂ ਚਿੱਤੜਾ ਕਰਾਊਡ ਸੀ ਉੱਥੇ ਆ ਗਿਆ ਸਾਰਿਆਂ ਨੇ ਫਿਰ ਇਕੱਠੇ ਮਿਲ ਕੇ ਇਹਨਾਂ ਲੋਕਾਂ ਨੂੰ ਕਾਫੀ ਮਾਰਿਆ ਬੁਰੀ ਤਰ੍ਹਾਂ ਜਿਹਦੇ ਵਿੱਚ ਇੱਕ ਬੱਚਾ ਇਹਨੂੰ ਕਿਸੇ ਗਲਤ ਜਗ੍ਹਾ ਤੇ ਛੋੜ ਲੱਗੀ ਤੇ ਉਹ ਹਸਪਤਾਲ ਜਾਣ ਤੋਂ ਪਹਿਲਾਂ ਹੀ ਵਿਚਾਰਾ ਚਲਾ ਗਿਆ ਮਹਾਰਾਜ ਦੇ ਕੋਲ ਜੀ ਤੇ ਇੱਕ ਬੱਚਾ ਬੜਾ ਸੀਰੀਅਸ ਸੀ ਅਸੀਂ ਉਹਨੂੰ ਫਿਰ ਸ਼ਿਫਟ ਕਰਤਾ ਸੀ ਆਈਸੀਯੂ ਵਿੱਚ ਨਾਦਰ ਵਿੱਚ ਉਹ ਅੱਜ ਉਹਨੂੰ ਉਹਨੂੰ ਅੱਜ ਉਹਨੂੰ ਜਨਰਲ ਵਾਰਡਿਜ ਲੈ ਜਾ ਰਹੇ ਹੈਗੇ ਨੇ ਉਹਨੂੰ ਚਾਈ ਸੀ ਚੋਂ ਆਊਟ ਆਫ ਡੇਂਜਰ ਹੋ ਗਿਆਗਾ ਦੂਜਾ ਸੀਈਓ ਨੂੰ ਝੋਟਾ ਨਹੀਂ ਹੈ ਜਿਹੜੀਆਂ ਗਹਿਰੀ ਨਹੀਂ ਹੈ ਕਿ ਅਸੀਂ ਸਾਰੇ ਇਕੱਠੇ ਮਿਲ ਕੇ ਅਸੀਂ ਨੰਦੇੜ ਦਾ ਜਿਹੜੇ ਆਈਜੀ ਹੈਗੇ ਨੇ ਮਾ ਵਰਕਰ ਸਾਹਿਬ ਨਾਲ ਵੀ ਗੱਲ ਕੀਤੀ ਐਸਐਸਪੀ ਤੇ ਡੀਸੀ ਜੀ ਨੂੰ ਅਸੀਂ ਕਲੈਕਟਰ ਇੱਥੇ ਬੋਲਦੇ ਤੁਸੀਂ ਡੀਸੀ ਬੋਲਦੇ ਹੋ ਸਭ ਨੂੰ ਸਰਵਾ ਜਾ ਕੇ ਪੂਰੀ ਸਾਡੀ ਡੈਲੀਗੇਸ਼ਨ ਗਈਆਂ ਸਾਡੇ ਲੋਕੀ ਗਏ ਅਸੀਂ ਉਹਨਾਂ ਨੂੰ ਗਵਰਨਮੈਂਟ ਨੂੰ ਵੀ ਬੋਲਿਆ ਮੈਂ ਫਿਰ ਡੀਜੀ ਮਹਾਰਾਸ਼ਟਰ ਨੂੰ ਵੀ ਬੋਲਿਆ ਕਿ ਇੱਕ ਜਿਹੜੇ ਲੋਕਾਂ ਦੇ ਮਨ ਵਿੱਚ ਗਲਤ ਭਾਵਨਾ ਹੈਗੀ ਹੈ ਕਿ ਸਾਰੇ ਸਿਕਲੀਦਾਰ ਚੋਰ ਹੁੰਦੇ ਨੇ ਉਹ ਕੱਢਣੀ ਤੁਸੀਂ ਪੂਰਾ ਇੱਕ ਅੱਛੀ ਤਰ੍ਹਾਂ ਇਨਸਟਰਕਸ਼ਨ ਦੋ ਸਾਰੇ ਜ਼ਿਲ੍ਹਿਆਂ ਨੂੰ ਉਹਨਾਂ ਨੂੰ ਬੋਲੋ ਕਿ ਸਾਡਾ ਸਭ ਦਾ ਫਰਜ ਬੰਦਾ ਹੈਗਾ ਕਿ ਉਹਨਾਂ ਨੂੰ ਅਸੀਂ ਮਦਦ ਕਰੀਏ ಗ್ರಾಮ ਪੰਚਾਇਤ ਪੁਲਿਸ ਪਾਟੇ ਸਰਪੰਚ ਸਭ ਲੋਕ ਮਿਲ ਕੇ ਅਸੀਂ ਉਹਨਾਂ ਨੂੰ ਸਿੱਖਿਆ ਦਈਏ ਐਜੂਕੇਸ਼ਨ ਦਈਏ ਤੇ ਜਿਹੜੇ ਮਨ ਵਿੱਚ ਹੈਗਾ ਕਿ ਸਾਰੇ ਇੰਜ ਹੁੰਦੇ ਨੇ ਉਹ ਗਲਤ ਜਿਹੜੀ ਉਹਦੀ ਪਾਬਨ ਹੈਗੀ ਉਹ ਜ਼ਰੂਰ ਕੱਢੀਏ ਉਹਨਾਂ ਦੇ ਮਨਾਂ ਵਿੱਚੋਂ ਤੇ ਡੀਜੀ ਉਹਨਾਂ ਨੂੰ ਸਬ ਇਨਸਟਰਕਸ਼ਨ ਵੀ ਦੇਣ ਲੱਗਾ ਹੈਗਾ ਕਿ ਅਸੀਂ ਸਾਰੇ ਤਰੀਕੇ ਨਾਲ ਮੈਂ ਆਪਣਾ ਪੂਰਾ ਉਹਨੂੰ ਮਾਨੀਟਰ ਕਰ ਰਿਹਾ ਹੈਗਾ ਮੈਂ 8 ਨੂੰ 10 ਨੰਬਰ ਨਾਂਂੜਵੀ ਜਾ ਰਿਹਾ ਹਾਂ ਉੱਥੇ ਜਾ ਕੇ ਮੈਂ ਇਹਨਾਂ ਦੀ ਪ੍ਰੋਬਲਮ ਸਮਝ ਕੇ ਹੋਰ ਅੱਗੇ ਕੁਝ ਸਟੈਪਸ ਲੈਣ ਲੱਗਾ ਤਾਂ ਕਿ ਇਹਨਾਂ ਨੂੰ ਹੌਲੀ-ਹੌਲੀ ਆਪਣੇ ਨਾਲ ਲੈਂਦੇ ਚੱਲੀਏ ਇਹਨਾਂ ਨੂੰ ਸਪੋਰਟ ਸੀ ਜਿਹਨ ਮੈਂ ਆਲਰੇਡੀ ਪਾ ਦਿੱਤਾ ਹੈ ਕੁਝ ਮਿੰਨਿਆਂ ਤੋਂ ਕਾਫੀ ਇੰਟਰਸਟ ਲੈ ਰਹੇ ਬੜੇ ਅੱਛਾ ਕ੍ਰਿਕਟ ਖੇਡਦੇ ਹੈ ਬੜੀ ਚੀਜ਼ ਮੈਂ ਇਹਨਾਂ ਦੇ ਜਾਨਦਾ ਇਹਨਾਂ ਦੇ ਮੈਂ ਹੁਣ ਤੇ ਮੈਂ ਹੋਰ ਇਹਨਾਂ ਦਾ ਕੋਸ਼ਿਸ਼ ਕਰਾਂਗਾ ਕਿ ਇਹਨਾਂ ਨੂੰ ਉੱਪਰ ਲਿਆਈਏ ਇਸ ਐਸਾ ਵੀ ਜ਼ਿੰਮੇਵਾਰੀ ਸਾਡੀ ਸਭ ਦੀ ਹੈਗੀ ਹੈ ਤੁਹਾਡੀ ਮੇਰੀ ਸਭ ਦੀ ਮੈਂ ਕੋਸ਼ਿਸ਼ ਕਰਾਂਗਾ ਕਿ ਬੈਸਟ ਤੋਂ ਬੈਸਟ ਚੀਜ਼ਾਂ ਨਾਲ ਹੀ ਕੀਤੀਆਂ ਜਾਂ ਤਾਂ ਕਿ ਇਹ ਵਾਪਸ ਆ ਮੇਨਸਟ੍ਰੀਮ ਦੇ ਵਿੱਚ ਤੇ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਜਿਹੜੀ ਇੱਕ ਇਨਟੋਲਰੈਂਸ ਜਿਹੜੀ ਹੈਗੀ ਹੈ ਇੱਕ ਵੱਧ ਦੀ ਜਾ ਰਹੀ ਹੈ ਤੁਸੀਂ ਤਾਂ ਮਨੂੰ ਜਿਸ ਤਰੀਕੇ ਜੇ ਤੁਹਾਡਾ ਕੈਰੀਅਰ ਅਸੀਂ ਪੜਦੇ ਹਾਂ ਤੁਸੀਂ ਐਜ਼ ਜਦੋਂ ਡੀਜੀਪੀ ਜਦੋਂ ਪੁਲਿਸ ਸਰਵਿਸਿਜ਼ ਦੇ ਵਿੱਚ ਸੀਗੇ ਤੇ ਤੁਹਾਨੂੰ ਤਾਂ ਐਵਾਰਡ ਵੀ ਮਿਲਿਆ ਸੀਗਾ ਪ੍ਰੈਜ਼ੀਡੈਂਟ ਪੁਲਿਸ ਵੈਲਰਡ ਵੀ ਮੈਡਲ ਵੀ ਮਿਲਿਆ ਸੀਗਾ ਕਿ ਜਦੋਂ 92 ਦੇ ਵਿੱਚ ਰਾਈਟਸ ਦੇ ਵਿੱਚ ਤੁਸੀਂ ਮੁਸਲਮ ਕਮਿਊਨਿਟੀਜ਼ ਦੇ ਵਿੱਚ ਔਰ ਕਾਫੀ ਅੱਛਾ ਇੱਕ ਇੱਕ ਪੀਸ ਨੂੰ ਔਰ ਕੌਨਫੀਡੈਂਸ ਨੂੰ ਮੇਨਟੇਨ ਕਰਨ ਵਾਸਤੇ ਕੰਮ ਕੀਤਾ ਸੀਗਾ ਤੇ ਕੀ ਸਮਝਦੇ ਹੋ ਕਿ ਵੀ ਜਿਸ ਤਰੀਕੇ ਇਨਟੋਲਰੈਂਸ ਵੱਧ ਰਹੀ ਹੈ ਕਮਿਊਨਿਟੀਜ਼ ਦੇ ਵਿੱਚ ਵੇ ਅੱਜ ਦੇ ਟਾਈਮ ਦੇ ਵਿੱਚ ਕਿੰਨਾ ਵੱਡਾ ਇੱਕ ਚੈਲੰਜ ਹੋ ਗਿਆ ਕਿ ਮੋਤ ਦੇ ਘਾਟ ਹੀ ਉਤਾਰ ਦਿੱਤਾ ਜਾਂਦਾ ਹੈ ਇਹ ਇੱਕ ਬੜਾ ਵੱਡਾ ਇਸ਼ੂ ਹੈਗਾ ਕਿ ਜਿਹੜੀ ਤੁਸੀਂ ਬੜਾ ਇੱਕ ਬਹੁਤ ਹੀ ਕਰੈਕਬਲੀ ਬੋਲੇ ਆ ਕਿ ਇਨਟੋਲਰੈਂਸ ਜਿਹੜੀ ਹੈਗੀ ਸਾਡੀ ਸਹਿਨਸ਼ੀਲਤਾ ਨਹੀਂ ਰਹੀ ਸਾਡੇ ਵਿੱਚ ਗੁੱਸਾ ਤੇ ਇੰਪਲਸਿਵਨੈਸ ਜ਼ਿਆਦਾ ਆ ਰਹੀ ਹੈ ਤੇ ਇਨਟੋਲਰੈਂਸ ਦੇ ਨਾਲ ਇਹ ਕਿ ਸਿਰ ਇਹੋ ਸਮਾਜ ਉਚ ਨਹੀਂ ਹੈ ਸਭ ਜਗ੍ਹਾ ਤੇ ਚੱਲ ਰਹੀ ਹੈਗੀ ਇਹ ਸਾਰੇ ਹਿੰਦੁਸਤਾਨ ਵਿੱਚ ਇਕੋ ਟੀਵੀ ਵੀ ਮੀਡੀਆ ਵੀ ਦਾ ਜ਼ਿੰਮੇਦਾਰ ਹੈਗਾ ਉਹ ਚੀਜ਼ਾਂ ਨੂੰ ਫੜਕਾਨ ਵਾਸਤੇ ਅਸੀਂ ਆਪਣਾ ਆਪਣਾ ਸਿਰ ਡਿਊਟੀ ਆਪਣੀ ਜ਼ਿੰਮੇਵਾਰੀ ਬਰਾਬਰ ਨਹੀਂ ਨਿਭਾ ਰਹੇ ਹੈਗੇ ਆ ਜੋ ਆਈ ਥਿੰਕ ਸਾਰੀ ਪੁਲਿਸ ਨੂੰ ਕੋਰਟ ਨੂੰ ਪੋਲੀਟਿਸ਼ੀਅਨ ਨੂੰ ਸਾਨੂੰ ਸਭ ਨੂੰ ਐਨ ਜੀਓਜ਼ ਨੂੰ ਸਾਨੂੰ ਸਭ ਨੂੰ ਇਕੱਠੇ ਮਿਲ ਕੇ ਇਸ ਚੀਜ਼ ਨੂੰ ਸਮਝਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਬਈ ਸਰਦਾ ਸਾਹ ਸਬਦਾ ਵਿਕਾਸ ਜਿਹੜਾ ਅਸੀਂ ਬੋਲਦੇ ਆ ਉਹ ਤਈ ਹੋਵੇਗਾ ਜਦੋਂ ਅਸੀਂ एवरीवन ਬodies ਯੂ نو ਇਸ ਇਸ ਆਲ ਇਨਕਲੂਸਿਵ ਸਭ ਨੂੰ ਨਾਲ ਲੈ ਕੇ ਚੱਲੀਏ ਸਾਡੇ ਵਿੱਚ ਕਈ ਖੋਟ ਵੀ ਆਗੀਆਂ ਨੇ ਸਾਡੀ ਆਪਣੀ ਸ਼ਕਤੀਆਂ ਤਾਕਤਾਂ ਵੀ ਆਗੀਆਂ ਨੇ ਹਰ ਕਮਿਊਨਿਟੀ ਵਿੱਚ ਹੈਗਾ ਤੇ ਅੱਜ ਇੱਕ ਇੱਕ ਕਮਿਊਨਿਟੀ ਪੁਲਿਸਿੰਗ ਜਿਹਨੂੰ ਬੋਲਦੇ ਕਮਿਊਨਿਟੀ ਪੁਲਿਸਿੰਗ ਜਿਹਦੇ ਵਿੱਚ ਪਿੰਡਾਂ ਵਿੱਚ ਜਾ ਜਾ ਕੇ ਪੁਲਿਸ ਉਥੋਂ ਦੇ ਲੋਕਲ ਬੰਦਿਆਂ ਨੂੰ ਲੈ ਕੇ ਸਾਰੇ ਧਰਮਾਂ ਸਭ ਜਾਤੀਆਂ ਦੇ ਪੁਲਿਸ ਪਾਟਲ ਸਰਪ੍ਰੈਂਸ ਪਰ ਤੇ ਆਪਣੇ ਜਿਹਨੂੰ ਪਟਵਾਰੀ ਬੋਲਦੇ ਹੋ ਜਾਂ ਗ੍ਰਾਮ ਪੰਚਾਇਤ ਦੇ ਉਹਨਾਂ ਨੂੰ ਸਭ ਨੂੰ ਮਿਲ ਕੇ ਐਨ ਜੀਓਜ਼ ਨੂੰ ਇਕੱਠੇ ਮਿਲ ਕੇ ਸਾਨੂੰ ਐਜੂਕੇਸ਼ਨ ਤੇ ਜ਼ੋਰ ਦੇਣਾ ਚਾਹੀਦਾ ਤਾਂ ਕਿ ਸਮਝਾਂਦੇ ਚੱਲੀਏ ਤੇ ਜਦੋਂ ਸਾਨੂੰ ਪਤਾ ਲੱਗੇ ਕਿ ਛੋਟੇ ਛੋਟੇ ਝਗੜੇ ਹੋ ਰਹੇ ਨੇ ਉੱਥੇ ਨਿਪਟਾ ਦਈਏ ਉਹਨਾਂ ਨਾਲ ਪਤਾ ਕਿ ਵੱਡੇ ਝਗੜੇ ਬਣਨ ਕਿ ਅਗਰ ਅਸੀਂ ਕੋਈ ਸਾਰੇ ਇਕੱਠੇ ਮਿਲ ਕੇ ਉਹ ਚੀਜ਼ ਤੇ ਜਾਵਾਂਗੇ ਜਿਹਨੂੰ ਕਮਿਊਨਿਟੀ ਪੁਲਿਸਿੰਗ ਕਰਾਂਗੇ ਸਾਰੇ ਇਕੱਠੇ ਮਿਲ ਕੇ ਸਿਰਫ ਪੁਲਿਸ ਤੇ ਪੁਲਿਸ ਦੀ ਆਪਣੀ ਪੁਲਿਸ ਦੀਆਂ ਲਿਮਿਟੇਸ਼ਨਸ ਹੈਗੀਆਂ ਨੇ ਕਿੰਨੀ ਜਗ੍ਹਾ ਪੁਲਿਸ ਆ ਜਾਏਗੀ ਜੀ ਉਸ ਇਸ ਸਾਨੂੰ ਇਕੱਠੇ ਮਿਲ ਕੇ ਹੀ ਕਰਨਾ ਹੈਗਾ ਤਈਓ ਹੀ ਅਸੀਂ ਅੱਗੇ ਵਧ ਸਕਾਂਗੇ ਜੀ ਜੀ ਤੇ ਡਾਕਟਰ ਸਾਹਿਬ ਜਿਸ ਤਰੀਕੇ ਉਹਨਾਂ ਇਸ ਕੇਸ ਦੇ ਵਿੱਚ ਜੋ ਕਿ ਕਈ ਧਾਰਾਵਾਂ ਵੀ ਲੱਗੀਆਂ ਉਸ ਦੇ ਵਿੱਚ ਦੇਖਿਆ ਜਾ ਤੇ ਮੈਂ ਕਾ ਪੜਿਆ ਕਾਫੀ ਧਾਰਾਵਾਂ ਦੇ ਵਿੱਚ ਵੀ ਲੱਗੀਆਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਇੱਕ 295 ਜਿਹੜੀ ਇਹ ਹੈਗੀ ਹੈ ਤੁਹਾਨੂੰ ਲੱਗਦਾ ਕਿ ਉਹ ਵੀ ਇੱਕ ਜਿਹੜੀ ਹੈਗੀ ਉਸ ਦੇ ਵਿੱਚ ਇੰਪੋਜ਼ ਹੋਣੀ ਕਿਉਂਕਿ ਕੇਸਾਂ ਦੀ ਜਿਸ ਤਰੀਕੇ ਬੇਅਦਬੀ ਕੀਤੀ ਗਈ ਹੈਗੀ ਹੈ ਸੋ ਮੇਰੀ ਬੇਨਤੀ ਰਹੇਗੀ ਕਿ ਜਰੂਰ ਇਸ ਬਾਰੇ ਵੀ ਜਰੂਰ ਆਪ ਜੀ ਪੈਰ ਵੀ ਕਰੋ ਨੇ ਬਿਲਕੁਲ ਹੋ ਰਿਹਾ ਮੈਂ ਐਸਐਸਪੀ ਦੇ ਨਾਲ ਇਨ ਟੱਚ ਆਈਜੀ ਨਾਲ ਉਥੇ ਮਲਟਰ ਵੀ ਦਾ ਰਜਿਸਟਰ ਵੀ ਹੋਇਆ ਕੇਸ ਅਟੈਂਪਟ ਟੂ ਮਲਟਰ ਦਾ ਵੀ ਸੈਕਸ਼ਨ ਲਾਇਆ ਨੇ 302 307 295 ਸੱਤ ਆਪਣੇ ਸਾਰੇ 34 ਸੈਕਸ਼ਨ ਬਰਾਬਰ ਲਾਇਆ ਨੇ ਐਸਐਸਪੀ ਬੜੀ ਹੀ ਅੱਛੀ ਲੜਕੀ ਹੈ ਬੜੀ ਇਮਾਨਦਾਰ ਹੈ ਡਾਇਰੈਕਟ ਆਈਪੀਐਸ ਅਫਸਰ ਉਹ ਹੀ ਬੜਾ ਖੁਦ ਇੰਟਰਸ ਲੈ ਰਹੀ ਹੈ ਆਈਜੀ ਸਭ ਲੈ ਰਹੇ ਆਮ ਪਰਸਨਲੀ ਮੋਨਿਟਰਿੰਗ ਡੀਜੀ ਨਾਲ ਮੇਰੀ ਗੱਲ ਹੋ ਗਈ ਹੈ ਆਈ ਥਿੰਕ ਬੜਾ ਹੀ ਕੱਚੇ ਤਰੀਕੇ ਨਾਲ ਉਹਨੂੰ ਹੈਂਡਲ ਕਰਕੇ ਫਟਾਫਟ ਐਕਸ਼ਨ ਲੈ ਕੇ 11 ਆਰੋਪੀ ਆਏ ਸੀ ਐਫ ਆਈ ਆਰ ਦੇ ਵਿੱਚ ਪਤਾ ਲੱਗੇ ਸੀ ਠੀਕ ਹੈ ਤੇ ਉਹਨਾਂ ਨੇ ਕੋਈ ਬਿਕਾ 7-8 ਬੰਦੇ ਪਕੜ ਵੀ ਲਿੱਤੇ ਹੈਗੇ ਨੇ ਆਲਰੇਡੀ ਜੀ 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 ਤੇ ਉਸ ਤੇਸਰੀ ਉਹਦੇ ਨਾਲ ਬੜਾ ਇੱਕ ਅੱਛਾ ਮੈਸੇਜ ਗਿਆ ਹੈਗਾ ਠੀਕ ਹੈ ਤੇ ਆਪ ਪਰਸਨਲੀ ਮੈਂ ਉਹਨੂੰ ਪਰਸਨਲੀ ਮੋਨਿਟਰ ਕਰ ਰਿਹਾ ਤੇ ਹਰ ਇੱਕ ਤਾਂ ਕਿ ਪੂਰਾ ਨਿਆਂ ਮਿਲੇ ਉਹਦੇ ਲਈ ਮੈਂ ਖੜਾ ਹੈਗਾ ਠੀਕ 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 ਥੈਂਕ ਯੂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਔਰ ਸਾਰੀ ਇਸ ਮਾਮਲੇ ਦੀ ਅਪਡੇਟ ਦੇਣ ਵਾਸਤੇ ਬੜਬੋਤਨ ਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ